जेडे काम तो मैं मना किया काम नहीं करना मैं जो एक बार कहता फिर साड़ी कुड़ी तो जबरदस्ती करी जाते करी जाए आप तो नहीं होंगे ये काम फिर हम की हल करिए लख तू ट्रैक्टर का देना गा बड़ा मानदा गा ओ दे देना फिर तू हेलो हेलो पाना सिद्धू बोलदा भाई एक ना यार थोड़ा ना कोई केस आया साडे कोले यार दस भाई केड़ा होए तेरा पिंड बग्गा बोले बलो तो इन्हां दा बार बूर भेजा सीगा किवें की चक्कर आ हुण इहदा इहदा गल मेरी समझ लो भाई जी हां गुरिंदर नूं वी पता है जिहड़ा थल्लो वाला गुरिंदर किसान जुनिया च आया ओहनूं वी पता है जानदे होवो तुसीं इहनां दे ना अपनी कुड़ी पहलां बाहर गई भी है हां ओहतों बाद कुड़ी साडी जिहड़े जेंट लगे सीगे असीं उहनां दी दस इहनां नूं पाती इहनां ने कागज पत्तर आपदे तैयार करा ले रात कट के तुस कहते पांच दिन रुकना पो पांच दिन मैं कितो रुकती किसी के घरे जान नी पहचान नी बाकी तेरी कुड़ी नी लैन आई मेनू जे लेके जांदी फेर ही सी नहीं अपना जेड़ा बीजा है तुसी बीजा पैसे तुसी लेते सीगे कि उन्होंने लवाया सी जंटा ने दुबारे फिर चढ़ा दो 19,000 टिकट लेके होर की ओथे फिर दुबारे नु काम दवा दो ओथे थोड़ी कुड़ी वधिया काम करदी उथे फिर हुण की हल करिए एजेंट नूं फड़ लो तुसीं हेलो एजेंट नंबर है नी जान के क्यों अगला कहूगा भाई जेडे काम तो मैं मना किया काम नहीं करना मैं जो एक बार कहता फिर साडी कुड़ी तो जबरदस्ती करी जाते करी जाए आप तो नहीं होंगे ये काम जवाब दिता भी नहीं करना पहला खुद ही जवाब दिता जान तो पहले ही मैं बाद चला सौ कुछ कहता तो कही जाओ
ਛੋਟੀ ਕੁੜੀ ਤਾਂ ਵੱਢਣ ਜਾਂਦੀ ਹੈ ਮੀਟ ਭਾਈ ਵੱਢੀ ਜਾਂਦੀ ਆਪਾਂ ਤੋਂ ਨੀ ਵੱਢਿਆ ਜਾਂਦਾ ਮੀਟ ਨਾ ਜਾ ਫਿਰ ਪੈਸੇ ਲਵਾ ਕੇ ਤੁਸੀਂ ਤਾਂ ਬੈਠੇ ਹੋ ਘਰੇ ਤੁਸੀਂ ਤਾਂ ਕਹਿੰਦੇ ਵੀ ਦਿੱਤੇ ਆ ਤੇ 8-10 ਲੱਖ ਜਿਹੜਾ ਟਰੈਕਟਰ ਤੇ ਦੇਣਾ ਉਹ ਕਿੱਧਰ ਉਹ ਕਰ ਤਾਂ ਪਾਣੀ ਸਾਨੂੰ ਗੜਦਾ ਕਰੋ ਜ ਜਦ ਮੈਂ ਪਹਿਲੀ ਮਨਾ ਕੀਤਾ ਸੀ ਵੀਜ਼ਾ ਕਿਉਂ ਲਵਾਇਆ ਪਹਿਲਾਂ ਤੁਸੀਂ ਆਹੋ ਅਰੇ ਇਹ ਦੀ ਗੱਲ ਨਹੀਂ ਜਦੋਂ ਮੈਂ ਮਨਾ ਕੀਤਾ ਵੀ ਨਹੀਂ ਕੱਟ ਸਕਦੇ ਮੀਟ ਇਹਦੇ ਵਿੱਚ ਕੀ ਗੱਲ ਆ ਗਈ ਛੋਟੀ ਕੁੜੀ ਤੋਂ ਪੇ ਕੱਟੀ ਜਾਂਦੇ ਕੱਟੀ ਜਾਵੇ ਜਿਹੜਾ ਕੱਟਣ ਜਾਂਦਾ ਉਹ ਕੱਟ ਸਕਦਾ ਜਦੋਂ ਕੱਟੇ ਹੀ ਕੱਟੀ ਨਹੀਂ ਗਾ ਕਦੇ ਅਸੀਂ ਨੇ ਖੁਦ ਹੀ ਪਹਿਲਾਂ ਕੰਮ ਤੋਂ ਜਵਾਬ ਦਿੱਤਾ ਗਾ ਜੀ ਦਿੱਤਾ ਨਾ ਪਤਾ ਤਾਂ ਅਗਲਾ ਕਵੇ ਤੁਸੀਂ ਤਾਂ ਫਿਰ ਹੁਣ ਵੀ ਸੋਤੇ ਪੱਤੇ ਵਾਲੇ ਨੂੰ ਕਿਹੜਾ ਦੇ ਤੇ ਪੈਸੇ ਫਿਰ ਮੈਂ ਤਾਂ ਸੁਣੇਗਾ ਬਾਈ ਤੂੰ ਉਹਨਾਂ ਨੂੰ ਵੀ ਦੇ ਦੋ ਨਾ ਜਾ ਕੇ ਸਾਨੂੰ ਗੜੀ ਜਾਂਦਾ ਅਗਲਾ ਪਾਣੀਆਂ ਆਹੋ ਦੇ ਦੇ ਤੇਰਾ ਤਾਂ 2000 ਰੁਪਈ ਹੈਗਾ ਤੇ 20 ਲੱਖ ਤੂੰ ਟਰੈਕਟਰ ਦਾ ਦੇਣਾ ਗਾ ਵੱਡਾ ਮੰਨਦਾ ਗਾ ਉਹ ਦੇ ਦੇਣਾ ਫਿਰ ਤੂੰ ਆਹੋ ਕਰੋੜ ਦੇਣਾ ਜੱਡੀ ਅਣਖਾ ਦੇ ਕੇ ਜਾਣਾ ਸੌਦਾ ਕਰਕੇ ਬੈਠਾ ਗਾ ਘਰੇ ਦੋਨੇ ਭਰਾ ਤੁਸੀਂ ਬਾਣੀਆਂ ਦੇ ਪੈਸੇ ਦਿੱਤੇ ਜੇ ਲੱਗ ਲਗਾ ਕੇ ਸੌਦਾ ਦਵਾ ਤਾਂ ਮੁੜ ਕੇ ਦਿੱਤੇ ਨੇ ਗੇ ਤੁਸੀਂ ਤਾਂ ਸਾਡੇ ਵੀ ਮੁੱਕਰ ਗਏ ਗੱਲਾਂ ਕਰਦਾ ਗਾ ਬਾਣੀਆਂ ਤੂੰ ਕੀ ਕਹਿਣਾ ਗਾ ਇੱਥੇ ਆ ਕੇ ਲੜਕੂ ਮੈਂ ਇੱਥੇ ਕਹਿਣਾ ਮੇਰੀ ਕੰਧ ਕੱਢੀ ਹੈਗੀ ਆਹੋ ਗੱਲਾਂ ਕਰਦਾ ਗਾ ਬਾਣੀਆਂ ਤੂੰ ਜੇ ਇਹੋ ਜਿਹਾ ਤਾਂ ਪਿੰਡ ਛੱਡ ਕੇ ਆ ਗਿਆ ਤੀਜੇ ਥਾਂ ਮੈਂ ਕਿਉਂ ਆਇਆ ਗਾ ਪਰ ਅਣਖ ਵਾਲਾ ਵੀ ਪਿੰਡ ਰਹਿਣਾ ਗੱਲਾਂ ਕਰਦਾ ਗਾ ਬਾਣੀਆਂ ਅਸੀਂ ਕਿਹੜੇ ਪਿੰਡ ਤੇ ਛੱਡ ਕੇ ਆਏ ਆਪਦੇ ਘਰ ਹੀ ਬੈਠੇ ਆ ਗੇ ਆਹੋ ਗੱਲਾਂ ਕਰਦਾ ਗਾ ਤੂੰ ਤਾਂ ਤੀਜੇ ਥਾਂ ਵੀ ਆ ਗਏ ਅਸੀਂ ਤਾਂ ਜਿੱਥੇ ਬੈਠੇ ਉੱਥੇ ਹੀ ਬੈਠੇ ਆ ਗੇ ਰੱਬ ਨੇ ਉੱਥੇ ਬਹਾਇਆ ਸਾਨੂੰ ਤਾਂ ਜੀ ਜੀ ਦੇ ਪੈਸੇ ਮੁੱਕਰੀ ਜਾਂਦੇ ਸਾਡੇ ਮੁੱਕਰ ਗਏ ਤੁਸੀਂ ਤਾਂ ਬਾਣੀਆਂ ਦੇ ਮੁੱਕਰ ਗਾ 20 ਲੱਖ ਟਰੈਕਟਰ ਦਾ ਚਿੱਤਰ ਦਾ ਟਰੈਕਟਰਾਂ ਤੇ ਬਹਿ ਜਾਂਦਾ ਗਾ ਬੋਲਣ ਨੂੰ ਮਰਦਾ ਗਾ ਦੇਣਾ ਪਰ ਬਾਣੀਆਂ ਦੇ ਵੱਡਾ ਮੰਨਦਾ ਗਾ ਊ ਕਹਿ ਦਿੰਦਾ ਮੈਂ ਲੈ ਕੇ ਬਹਿ ਗਿਆ ਟਰੈਕਟਰ